ਜੇ ਲਾ ਠਾਣੇ ਲੋਕਾਂ ਦੇ ਹੜਵਾਤੇ ਜਾਣੇ ਹੱਕਾ ਲਈ ਜੋ ਲੜਦੇ ਲੋਕ ਜੇ ਲਾ ਟੋਣਾ ਡਰਦੇ ਲੋਕ ਹੱਕ ਲਵਾਂਗੇ ਇਕੇ ਨਾਲ ਲੋੜ ਪਈਂਦਾ की तरफ से इस समय हम खड़े हैं पकौड़ा चौक में यहां पर किसान बड़ी संख्या में ट्रैक्टरों के साथ तैयारी में है कल अपने ढंग से गणतंत्र दिवस मनाने और सिर्फ मोदी सरकार ही नहीं पूरी दुनिया को अपना आक्रोश अपना गुस्सा और इनजस्टिस जो हुआ है उसे सामने लाने के लिए किस तरह से स्थितियां मोल्ड होंगी बदलेंगी आगे क्या होगा लेकिन सबसे बड़ा सवाल और सबसे बड़ा चैलेंज जो इन किसानों ने पेश किया है उसे कोई भी नजरअंदाज नहीं कर सकता आ, थोड़ा आप लोग क्या कल जो रैली निकलनी है किसान रैली उसमें भाग लेने आए हैं हाँ जी उसमें भाग जरूर लेंगे हम ਕਿਆ ਨਾਮ ਹੈ ਕਹਾਂ ਸੇ ਆਏ ਹੋ ਆਪ ਮੇਰਾ ਨਾਮ ਜਸਵਿੰਦਰ ਕੌਰ ਹੈ ਜੀ ਅਸੀਂ ਪਿੰਡ ਮਹਿਲਾ ਚੌਂਕ ਸੰਗਰੂਰ ਜ਼ਿਲ੍ਹੇ ਤੋਂ ਆਏ ਹੋਇਆ ਜੀ ਅਸੀਂ 26 ਦਸੰਬਰ ਦੇ ਉਰੀਆਂ ਬੇ ਇੱਕ ਦੋ ਦਿਨ ਕਰੇਂਗੇ ਆ ਤੇ ਹੁਣ ਉਰੀਆਂ ਅਸੀਂ 26 ਜਨਵਰੀ ਦੇ ਕਾਫਲੇ ਦੇ ਵਿੱਚ ਅਸੀਂ ਪੂਰਾ ਯੋਗਦਾਨ ਪਾਵਾਂਗੇ ਪੂਰਾ ਹਿੱਸਾ ਲਵਾਂਗੇ ਬਸ ਚੜ ਕੇ ਹਿੱਸਾ ਲਵਾਂਗੇ ਸਾਰੀਆਂ ਮਹਿਲਾਵਾਂ ਔਰਤਾਂ ਅਜ ਤੱਕ ਇਸ ਤਰ੍ਹਾਂ ਸੇ ਗੜਤੰਤਰ ਦਿਵਸ ਕੀ ਰੈਲੀ ਮੇ ਨਹੀਂ ਨਿਕਲੀ ਪਹਿਲੀ ਰੈਲੀ ਹੋ ਰਹੀ ਹੈ ਕਿਆ ਲੱਗਤਾ ਕਿਉਂ ਨਿਕਾਲ ਰਹੇ ਉਹ ਕਿਸਾਨ ਆਪਣੇ ਹੱਕ ਲੈਣ ਆਏ ਨੇ ਇੱਥੇ ਇੱਥੇ ਲੋਕਾਂ ਨੂੰ ਦੱਸਣਾ ਚਾਹੁੰਦੇ ਨੇ ਜਾਗਰੂਕ ਕਰਨਾ ਚਾਹੁੰਦੇ ਨੇ ਵੀ ਜਿਹੜਾ ਸਾਡਾ ਕੱਠ ਹੈ ਇਹ ਬਹੁਤ ਵੱਡਾ ਕੱਠ ਹੈ ਵੀ ਅਸੀਂ ਪਿੱਛੇ ਨਹੀਂ ਹਟਾਂਗੇ ਅਸੀਂ ਆਪਣੇ ਹੱਕ ਨੇ ਜਿਹੜੇ ਉਹ ਵਾਪਸ ਲੈ ਕੇ ਜਾਵਾਂਗੇ ਅਸੀਂ ਆਪਦਾ ਸ਼ਾਂਤ ਮੈਂ ਮੇਰਾ ਨਾਮ ਰਿੰਪੀਆ ਹੈ ਹਮ ਸੰਗਰੂਰ ਸੇ ਹੈ ਆਪਕਾ ਕੀ ਨਾਮ ਹੈ ਕਹਾਂ ਸੇ ਆਈ ਹੈ ਆਪ ਜੀ ਸੰਗਰੂਰ ਜ਼ਿਲ੍ਹੇ ਤੋਂ ਆਇਆ ਜੀ ਨਾਮ ਮੇਰਾ ਲਾਬਕੌਰ ਇੰਡਨ ਮੇਲਾ ਕਿਆ ਲੱਗਦਾ ਹੈ ਲੜਾਈ ਜੀਤेंगे ਕਿਸਾਨ ਪੂਰੀ ਜਿੱਤਾਂਗੇ ਜੀ ਐਣ ਕਿਸਾਨ ਨਾਲ ਲੱਗ ਕੇ ਬੀਬੀਆਂ ਪਹਿਣਾ ਵੀਰਾਂ ਦੇ ਨਾਲ ਜਾਵਾਂਗੇ ਜੁੱਟਵਾਂਨ ਪਾ ਕੇ ਜਿਵੇਂ ਸਾਡੇ ਵੀਰ ਜਾਣਗੇ ਉਹਨਾਂ ਦੇ ਨਾਲ ਤੁਰਾਂਗੇ ਅਸੀਂ ਜੁੱਟ ਲਾ ਕੇ ਪੂਰੀ ਜਿੱਤ ਕੀ ਜਾਵਾਂਗੇ ਲੜਾਈ ਅਸੀਂ ਪੂਰੀ ਐਣ ਤੇ ਕੱਲ ਜੋ ਟਰੈਕਟਰ ਰੈਲੀ ਨਿਕਲੇਗੀ ਉਸ ਵਿੱਚ ਆਪ ਵੀ ਜਾਏਂਗੀ ਹਾਂਜੀ ਜ਼ਰੂਰ ਜਾਵਾਂਗੇ ਨਾ ਜਾਵਾਂਗੇ ਅਸੀਂ ਸਾਡੇ ਕਿਸਾਨ ਸਾਰੇ ਜਾਣਗੇ ਬੀਬੀਆਂ ਵੜਾ ਨਾ ਤਾਵਾਂਗੇ ਅਸੀਂ ਸਾਰੇ ਜਾئیںਗੇ ਸਾਰੀ ਜਾਾਂਗੇ ਜੀ ਸੀਤਾ ਛੱਡੇ ਦੋ ਮਾਣਿਆ ਬਜ਼ੁਰਗਰਾਂ ਛੱਟ ਕੇ ਜਾਵਾਂਗੇ ਸੀ ਜਾਵਾਂਗੇ ਸਾਰੇ ਜਾ ਰਹੇ ਆਪ ਸਾਰੇ ਲੋਕ ਜਾਣਗੇ ਸਾਰੇ ਜਾਣਗੇ ਜਿਹੜੇ ਲੋਗ ਆਏ ਸਭ ਜਾਣਗੇ ਸੈਂਟਰਲ ਟਰਾਲੀ ਹੈ ਜਿਸੇ ਟਰਾਲੀਓ ਲੈ ਕੇ ਜਾਵਾਂਗੇ ਅਸੀਂ ਤਾਂ ਟਰਾਲੀ ਲੈ ਕੇ ਹੀ ਨਹੀਂ ਟਰਾਲੀ हां जी ਟਰਾਲੀ ਲੈ ਕੇ ਜਾਵਾਂਗੇ ਚੜਰਾ ਵੀ ਜਾਣਾ ਜ਼ਰੂਰ ਹੈ ਹਾਂ ਇਨਾ ਚੌੜਾ ਵੀ ਜਾਣਾ ਜ਼ਰੂਰ ਆਏਗਾ ਜਾਣਾ ਜ਼ਰੂਰ ਹੈ ਆਹ ਜੀ ਆਪਾਂ ਜਾਣਾ ਜੁੜੇ ਹੈ ਕਾਹਵਾ ਵਾਸਤੇ ਹੈ ਯਾ ਹਜ ਪਰਮਜੀਤ ਕੌਰ ਪਰਮਜੀਤ ਕੌਰ ਬਿਲਕੁਲ ਆਪੋ ਜੋਸ਼ ਹੈ ਕਿ ਆ ਹਾਂ ਜੀ ਐਨ ਪੂਰਾ ਕਰਕੁਲਾ ਕਰ ਲੜਕੇ ਵੀ ਜਾਵਾਂਗੇ ਅਸੀਂ ਜ਼ਰੂਰ पहले कभी इस तरह की निकाली है ना जी। एक पहली बार जी पर। पहली, पहली हैं जी पहली बार आपका क्या नाम है? माया देवी ਮਾਏ ਦੇਵੀ ਹਾਂਜੀ ਆਪ ਵੀ ਸੰਗਰੂਰ ਸੇ ਹੋ ਹਾਂਜੀ ਹਾਂਜੀ ਸਾਰੇ ਲੋਕ ਸੰਗਰੂਰ ਦੇ ਆਂ ਹਾਂਜੀ ਸੰਗਰੂਰ ਹੀ ਹੋਏ ਸਾਰੇ ਮਹਿਲਾ ਚੱਕ ਦੇ ਆਂ ਜੀ ਤੇ ਮਹੱਲਾ ਦੇ ਵਿੱਕੀ ਮਹੱਲੇ ਦੇ ਆ ਅਸੀਂ ਤਾਂ ਉੱਧੇ ਜਾਵਾਂਗੇ ਕਿੱਥੇ ਹੱਕਾਂ ਵੇ ਲੈ ਕੇ ਕਰਾਂ ਸੰਕਰ ਚੰਗਾ ਨਹੀਂ ਲਾ ਦ ਸੀਕਰ ਪਾ ਲੇ ਪੁੱਤਰਾ ਵਾਜ ਨਾ ਮਾਵਾ ਰਹਿ ਨਹੀਂ ਆ ਕਹਿੰਦੇ ਲੋਕ ਸਿਆਣੇ ਜਿੰਨਾ ਚਿਰ ਸਾਨੂੰ ਸਾਡਾ ਹੱਕ ਨਹੀਂ ਮਿਲਦਾ ਉਹਨਾਂ ਚਿਰ ਅਸੀਂ ਜਾਂਦੇ ਨਹੀਂ ਅਸੀਂ ਆਪਣੇ ਬੱਚਿਆਂ ਦੇ ਨਾਲ ਮਰਿਏ ਰਹੀਏ ਅਸੀਂ ਆਪਣੇ ਕੁੱਤਾਂ ਦੇ ਨਾਲ ਰਹਾਂਗੇ ਸਾਡੇ ਮਰਾਂਗੇ ਰਹਾਂਗੇ ਹੱਕ ਲਈ ਅਬਦੇ ਬੱਤਿਆਂ ਨੂੰ ਛੱਡ ਕੇ ਸੀ ਜਿਵੇਂ ਮੋਦੀ ਸਾਹਿਬ ਜੀ ਕਹਿੰਦੇ ਤੇ ਵੀ ਵਾਪਸ ਮੁੜਜੋ ਵਾਪਸ ਨਹੀਂ ਅਸੀਂ ਮੁੜਦੇ ਅਬਦੇ ਹੱਕ ਲੈ ਕੇ ਜਾਵਾਂਗੇ ਕੱਲ ਦੇ ਜਿਹੜਾ ਪ੍ਰੋਗਰਾਮ ਹੈ ਸਾਡਾ ਉਹਦੇ ਵਿੱਚ ਜਿਹੜੀ ਤਿਆਰੀ ਹੈ ਉਹ ਮੁਕੰਮਲ ਅਸੀਂ ਕਰ ਲਈ ਹੈ ਕਿਉਂਕਿ 26 ਤਰੀਕ ਦਾ ਐਲਾਨ ਗਣਤੰਤਰ ਦਾ ਦਿਵਸ ਜਿੱਥੇ ਸਰਕਾਰ ਮਨਾ ਰਹੀ ਹੈ ਅਸੀਂ ਉਸ ਦਿਨ ਤੇ ਦਿੱਲੀ ਦੇ ਅੰਦਰ ਜਿਹੜਾ ਸਾਡੀਆਂ ਮੰਗਾਂ ਨੂੰ ਲੈ ਕੇ ਰੋਸ ਮਜਾਰੇ ਦੇ ਤੌਰ ਤੇ ਅਸੀਂ ਮਾਰਚ ਵੱਡਾ ਕਰਨਾ ਚਾਹੁੰਦੇ ਸੀ ਉਹਦਾ ਐਲਾਨ ਕਈ ਦਿਨਾਂ ਤੋਂ ਕੀਤਾ ਹੋਇਆ ਉਹਦੀਆਂ ਲਗਭਗ ਅਸੀਂ ਤਿਆਰੀਆਂ ਮੁਕੰਮਲ ਕਰ ਲਈਆਂ ਨੇ ਸਭ ਤੋਂ ਪਹਿਲਾਂ ਪੰਜਾਬ ਦੇ ਪਿੰਡਾਂ ਦੇ ਅੰਦਰ ਹਰਿਆਣੇ ਦੇ ਪਿੰਡਾਂ ਦੇ ਅੰਦਰ ਟਰੈਕਟਰਾਂ ਰਾਹੀਂ ਪ੍ਰਚਾਰ ਕਰਕੇ ਲੋਕਾਂ ਨੂੰ ਜਾਗਰਤ ਕੀਤਾ ਕਿ 26 ਤਰੀਕ ਦਾ ਜਿਹੜਾ ਆਪਣੀਆਂ ਮੰਗਾਂ ਨੂੰ ਲੈ ਕੇ ਮਾਰਚ ਦਿੱਲੀ ਦੀਆਂ ਸੜਕਾਂ ਤੇ ਹੋਣਾ ਹੈ ਉਹਦੇ ਵਿੱਚ ਸਾਰੇ ਦੇਸ਼ ਦੇ ਲੋਕ ਸ਼ਾਮਲ ਹੋਵੋ ਇਹ ਸੱਦਾ ਦਿੱਤਾ ਸੀਗਾ ਸੋ ਅੱਜ ਅਸੀਂ 25 ਤਰੀਕ ਦੇ ਵਿੱਚ ਬੈਠੇ ਆਂ ਵੱਡੀ ਗਿਣਤੀ ਲੋਕ ਆ ਜਿਹੜੇ ਉਹ ਸ਼ਾਮਲ ਹੋਣ ਲਈ ਆ ਰਹੇ ਨੇ ਅਸੀਂ ਨਾਲ ਦੀ ਨਾਲ ਇਹ ਵੀ ਕਹਿ ਰਹੇ ਹਾਂ ਸਾਰੇ ਸਾਥੀਆਂ ਨੂੰ ਜਿਹੜੇ ਆ ਰਹੇ ਨੇ ਕਿ ਆਪਾਂ ਨੇ ਜਾਬਤਾ ਬਣਾ ਕੇ ਰੱਖਣਾ ਇੱਕ ਪਾਸੇ ਜੋਸ਼ ਤੇ ਹੋਸ਼ ਦੀ ਲੋੜ ਹੁੰਦੀ ਹੈ ਦੋਨੋਂ ਪਾਸੇ ਇੱਕ ਚੀਜ਼ ਸਮਝਾਉਣਾ ਚਾਹਤੇ ہیں کہ ابھی پورے راستے میں ٹریکٹر आते हुए मिले आपका اندازہ کیا ہے ਆਪ ਗ੍ਰਹਾ से जुड़े हुए हैं आ, कितने ट्रैक्टर आपके हिसाब से उतरेंगे कल ہمارا ਜੋ ਅੰਦਾਜ਼ਾ ਹੈ ਸਾਡੇ ਅੰਤਾਜੇ ਮੁਤਾਬਕ ਇਹ ਹੈ ਵੀ ਅਸੀਂ ਪੰਜਾਬ ਦੇ ਵਿੱਚ ਵੀ ਪ੍ਰਚਾਰ ਕੀਤਾ ਹੈ ਹਰਿਆਣਾ ਦੇ ਵਿੱਚ ਵੀ ਪ੍ਰਚਾਰ ਕੀਤਾ ਹੈ ਰਾਜਸਥਾਨ ਦੇ ਵਿੱਚ ਵੀ ਪ੍ਰਚਾਰ ਕੀਤਾ ਹੈ ਸੋ ਤਿੰਨੇ ਜਿਹੜੇ ਰਾਜ ਨੇ ਉਹਨਾਂ ਦੇ ਵਿੱਚੋਂ ਐ ਸਟਿੱਕਰੀ ਬਾਰਡਰ ਦੇ ਉੱਤੇ ਲਗਭਗ 2.5 ਲੱਖ ਸਾਧਨ ਜਿਹੜਾ ਵਿੱਚ ਹੀ ਟਰੈਕਟਰ ਗੱਡੀਆਂ ਸਾਈਕਲ ਮੋਟਰਸਾਈਕਲ ਆਦ ਟ੍ਰੱਕ ਹੋਰ ਛੋਟੇ ਛੋਟੇ ਜਿਹੜੇ ਸਾਧਨ ਨੇ ਆਪੋ ਆਪਣੇ ਵਹੀਕਲ ਲੈ ਕੇ ਆ ਕਹਿ ਰਹੇ ਕਿ ਟਿਕਰੀ ਪਰ 2.5 ਲੱਖ ਟਿਕਰੀ ਪਰ 2.5 ਲੱਖ ढाई लाख के करीब साधन होंगे जिनमें बहुत ज्यादा गिनती ट्रैक्टरों की होगी ज्यादा गिनती ट्रैक्टरों की होगी यह बहुत लंबा मार्च होगा सबसे बड़ा मार्च टिकरी बॉर्डर पर होगा जिन जिला से छत्राँव से है आज शाम को दस बजे निकलेंगे यहाँ से कितने ट्रैक्टर्स लेके आए हैं आप लोग यहाँ छत्र से सौ ट्रैक्टर आए हुए हैं हाँ जी छत्र से यहाँ से आपका गाँव कितना किलोमीटर दूर है यहाँ से एक किलोमीटर दूर है जी एक सौ अस्सी है तो गाँव ऐसी कब चले आप लोग कल चल रहे जो सरकार कह रही है कि भाई डेढ़ साल के लिए खत्म डेढ़ साल के लिए नहीं माय को को नहीं 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 विश्वास नहीं कर रहे जी सरकार विश्वास कौन करते हमें सरकार विश्वास नहीं कर जी।, लिए गया जी। ले लेकिन आपकी तो सरकार है ना आपने तो खट्टर को चुना ना था खट्टर में कुछ जानते जानते जी। जी? कौन हम पहली बार होगा छब्बीस तारीख को ऐसे आप लोग बाहर आ रहे होंगे अभी तक तो सरकार मनाती थी ना आज इस बार आप लोग ट्रैक्टर से लेके निकल रहे हैं ये जुआन किसान मना सकता इसको इसमें कोई दुराई नहीं जा सकता झंडा लहरा सकता है इससे पहले कभी सोचा नहीं आपने कभी नहीं सोचा ਸੋਚ ਰਗਾ ਕੀ ਬਤਾਦਾ ਬਈ ਯੂ ਕਰਗਾ ਕੋਈ ਬਤ ਕੋ ਨਹੀਂ ਆਈ ਜੋ ਆਫਤ ਗਈ ਨਹੀਂ ਜੋ ਕਿਸਾਨਾਂ ਵੇ ਕਾਲੇ ਕਾਨੂੰਨਾਂ ਗਈ ਇਹ ਪਤਾ ਨਹੀਂਦਾ ਬਈ ਇਹ ਕਾਨੂੰਨ ਐਸੇ ਕਰੇਗਾ ਮਾਰੇ ਸਾਥ 22 ਜਨਵਰੀ ਐਸੇ ਮਨਾਣੇ ਸੇ ਫਾਇਦਾ ਰਹੇਗਾ ਫਾਇਦਾ ਹੋਰ ਅੱਗੇ ਵਧਾਜੇ ਨਹੀਂ ਰਹੇਗਾ ਜ਼ੋਰ ਚੱਲੇਗਾ ਮਾਰੇ ਤਾਂ ਅੰਦੋਲਨ ਤੋਂ ਸਫਲ ਰਹਾਗਾ ਇਹ ਤੁਰਕਣ ਨਹੀਂ ਜਾਂਗਾ ਸਾਡੀ ਜੋ ਕੱਲ ਨੂੰ 26 ਤਰੀਕ ਨੂੰ ਗਨਤੰਤਰ ਦਿਵਸ ਹੈ ਜੜਾ ਉਸ ਤੇ ਅਸੀਂ ਕਿਸਾਨ ਰੋਸ ਰੈਲੀ ਕਰ ਰਹੇ ਹਾਂ ਉਸ ਰੋਸ ਰੈਲੀ ਦੇ ਵਿੱਚ ਲੱਖਾਂ ਦੀ ਤਦਾਦ ਦੇ ਵਿੱਚ ਟਰੈਕਟਰ, ਟਰਾਲੀਆਂ, ਕਾਰ, ਮੋਟਰਸਾਈਕਲ ਸਭ ਤਰ੍ਹਾਂ ਦੇ ਸਾਧਨ ਹੈ ਜਿਹੜੇ ਉਸ ਮਾਰਚ ਦੇ ਵਿੱਚ ਜਾਣਗੇ ਖਾਸ ਕਰਕੇ ਜਿਹੜੇ ਟਰੈਕਟਰ ਹੈ ਉਹ ਚਲਾਏ ਜਾਣਗੇ ਮੂਰੇ ਜਿਦੇ ਵਿੱਚ ਔਰਤਾਂ ਵੀ ਟਰੈਕਟਰ ਚਲਾਉਣਗੀਆਂ ਕਿਸਾਨ ਵੀ ਟਰੈਕਟਰ ਚਲਾਉਣਗੇ ਤੇ ਜਿਹੜੀਆਂ ਟਰਾਲੀਆਂ ਅਸੀਂ ਪਾਈਆਂ ਹੋਈਆਂ ਉਹਦੇ ਵਿੱਚ 10 ਤਰ੍ਹਾਂ ਦੀਆਂ ਜਿਹੜੀਆਂ ਚਾਕੀਆਂ ਉਹ ਰੱਖੀਆਂ ਹੋਈਆਂ ਨੇ ਨਹੀਂ ਆਪਣੇ ਟਰਾਲੀਓਂ ਮੈਂ ਕੀ ਰੱਖਾ ਹੋਆ ਹੈ ਅਸੀਂ ਟਰਾਲੀਆਂ ਦੇ ਵਿੱਚ ਜੋ ਅੱਜ ਦੀ ਭਾਰਤ ਦੀ ਅਸਲ ਤਸਵੀਰ ਹੈ ਜੋ ਭਾਰਤ ਦੇ ਕਿਰਤੀ ਲੱਖਾਂ ਕਰੋੜਾਂ ਲੋਕਾਂ ਨਾਲ ਜੋ ਜ਼ਬਰ ਹੁੰਦਾ ਹੈ ਇਸ ਭਾਰਤ ਦੇ ਵਿੱਚ ਕਿ ਔਰਤਾਂ ਦੇ ਨਾਲ ਬਲਾਤਕਾਰ ਹੁੰਦੇ ਆ ਸਾਰੇ ਸੂਬਿਆਂ ਦੇ ਵਿੱਚ ਸਾਰੀਆਂ ਹੀ ਸਰਕਾਰਾਂ ਦੇ ਰਾਜ ਚ ਉਹ ਚੱਕੀ ਤਿਆਰ ਕੀਤੀ ਹੋਈ ਹੈ ਕਿ ਕਿਵੇਂ ਔਰਤਾਂ ਨਾਲ ਬਲਾਤਕਾਰ ਹੁੰਦੇ ਆ ਕਿਵੇਂ ਕਤਲ ਹੁੰਦੇ ਆ ਉਹ ਔਰਤਾਂ ਦੀ ਤਸਵੀਰ ਹੈ ਜਿਹੜੀ ਪੇਸ਼ ਕੀਤੀ ਜਾ ਰਹੀ ਹੈ ਮਤਲਬ ਆਪਨੇ ਇੱਕ ਤਰ੍ਹਾਂ ਸੇ ਝਾਕੀ ਤਿਆਰ ਕੀਤੀ ਹੈ ਅਸਲੀ ਭਾਰਤ ਕੀ ਹਾਂਜੀ ਹਾਂਜੀ ਤਾਂ ਆਪ ਇਹ ਦਿਖਾਣਾ ਚਾਹਤੀ ਹੈ ਦੇਸ਼ ਕੋ ਔਰ ਦੁਨੀਆ ਕੋ ਕਿ ਅਸਲੀ ਭਾਰਤ ਕੀ ਹੈ ਹਾਂਜੀ ਅਸੀਂ ਇਸ ਕਿਸਾਨ ਮਾਰਚ ਦੇ ਵਿੱਚ ਅਸਲੀ ਤਸਵੀਰ ਜਿਹੜੀ ਭਾਰਤ ਦੀ ਜਿਹੜੀ ਲੁਕੋਕੇ ਰੱਖੀ ਗਈ ਹੈ ਤੇ ਜਿਹੜੀ ਜਨਨ ਕਿ ਜਿਹਨੂੰ ਬਾਹਰ ਨਹੀਂ ਆਉਣ ਦਿੱਤਾ ਜਾ ਰਿਹਾ ਐਤਕੀ ਅਸੀਂ ਉਹ ਅਸਲ ਤਸਵੀਰ ਉਹ ਪੇਸ਼ ਕਰ ਰਹੇ ਆਂ ਚਾਹੇ ਉਹ ਔਰਤਾਂ ਨਾਲ ਹੁੰਦੇ ਬਲਾਤਕਾਰ ਦੀ ਚੱਕੀ ਅਸੀਂ ਤਿਆਰ ਕੀਤੀ ਹੈ ਇਸੇ ਤਰ੍ਹਾਂ ਹੀ ਦਲਤਾਂ ਤੇ ਹੁੰਦੇ ਜ਼ਬਰ ਹੈ ਕਿ ਜਿਹੜੇ ਅੱਜ ਵੀ ਦਲਤ ਹੈ ਉਹਨਾਂ ਦੇ ਕਤਲ ਕੀਤੇ ਜਾਂਦੇ ਆ ਕੁੱਟਮਾਰ ਕੀਤੀ ਜਾਂਦੀ ਹੈ ਜਾਤ ਦੇ ਨਾਂ ਤੇ ਇਸੇ ਤਰ੍ਹਾਂ ਹੀ ਜਿਹੜੇ ਸਾਡੇ ਕਿਸਾਨ ਹੈ ਜਿਹੜੀਆਂ ਨਵੀਆਂ ਆਰਥਿਕ ਨੀਤੀਆਂ ਦੇ ਤਹਿਤ ਕਰਜ਼ ਚੜਿਆ ਜ਼ਮੀਨ ਉਹਨਾਂ ਕੋਲੋਂ ਖੁੱਸੀ ਹੈ ਉਹ ਖੁਦਕਸ਼ੀਆਂ ਕਰ ਰਹੇ ਆ ਪਰਿਵਾਰ ਉਹਨਾਂ ਪਰਿਵਾਰਾਂ ਦੀਆਂ ਔਰਤਾਂ ਦੀਆਂ ਬੱਚਿਆਂ ਦੀਆਂ ਵੱਡੀਆਂ ਤਸਵੀਰ ਦੀ ਇੱਕ ਝਾਕੀ ਹੈ ਜਿਹੜੀ ਉਹ ਤਿਆਰ ਕੀਤੀ ਹੈ ਇਹ ਝਾਕੀਆਂ ये बता रही हैं कि जब जनता देश के बारे में सोचती है तो वह सोचती है अपने नागरिकों के बारे में और वहाँ पे वो भेद नहीं करती वह याद करती है भगत सिंह की क्रांतिकारी विरासत को वह याद करती है महिलाओं पर होने वाली हिंसा को वह याद करती है कि दलितों पे जो उत्पीड़न हो रहा है उसके साथ खड़ा होना बहुत ज़रूरी है यह झांकी लोकतंत्र की असली विरासत को सामने रखती है और सामने टकराती है मोदी सरकार की निरंकुश ਸਪਤਾ ਸੇ